ਕੀ ਨਾਮ ਹੈ ਜੀ ਤੁਹਾਡਾ? ਰਵੀ ਗੋਇਲ ਜੀ। ਗੋਇਲ ਜੀ, ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਭਾਗਵਤ ਕਥਾ ਦਾ, ਕਿਹੜੀ ਜਗ੍ਹਾ ਹੋ ਰਿਹਾ ਜੀ, ਕਿਹਨਾਂ ਵੱਲੋਂ ਕਰਵਾਇਆ ਜਾ ਰਿਹਾ? ਇਹ ਜੀ ਸਟਾਰ ਕਲੋਨੀ ਮਾਨਕਵਾਲ ਗੇਟ ਤੋਂ ਹੋ ਰਿਹਾ ਜੀ। ਸਾਰੇ ਮਹੱਲੇ ਦੀ ਸਟਾਰ ਕਲੋਨੀ ਦੀ ਸੰਯੋਗ ਨਾਲ, ਪੰਡਿਤ ਜੀ ਦੀ ਸੰਯੋਗ ਨਾਲ ਹੋ ਰਿਹਾ ਜੀ। ਅਯੋਧਿਆ ਤੋਂ ਜੀ ਸੱਤ ਪੰਡਿਤ ਜੀ ਆਏ ਨੇ, ਸੱਤ ਲਾਏ ਨੇ ਜੀ, ਤੇ 9 ਤਰੀਕ ਤੋਂ 16 ਤਰੀਕ ਤੱਕ ਇਹ ਚੱਲੇਗਾ ਜੀ। ਸ਼ਾਮ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਚੱਲਦਾ ਜੀ ਇਹ ਪਾਠ। ਤੇ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਲੰਗਰ ਦੀ ਸੇਵਾ ਰੋਜ਼ ਚੱਲਦੀ ਹੈ ਜੀ। ਤੇ ਬਾਕੀ ਸਾਰਿਆਂ ਨਾਲ ਸੰਯੋਗ ਨਾਲ ਇਹ ਆਪਾਂ ਕਰਾ ਰਹੇ ਹਾਂ ਜੀ। ਇਹ 9 ਤਰੀਕ ਨੂੰ ਐਤਵਾਰ ਨੂੰ ਹੋਈ ਸੀ ਜੀ, ਐਤਵਾਰ ਨੂੰ 16 ਤਰੀਕ ਤੱਕ ਜੀ ਇਹ ਲਾਸਟ ਸਮਾਪਤ ਹੋਈ ਹੈ। ਅਸੀਂ ਇਹ ਸੁਨੇਹਾ ਲਿਆਉਣਾ ਚਾਹੁੰਦੇ ਹਾਂ, ਸ੍ਰੀ ਭਾਗਵਤ ਗੀਤਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਹੈਗੀ ਆ ਜੀ, ਇੱਥੇ ਕਰਾਈ ਆਪਾਂ ਨੇ ਹਿੰਦੂ ਧਰਮ ਦੇ ਵਿੱਚ, ਤੇ ਇੱਥੇ ਸਾਰੇ ਮਹੱਲੇਦਾਰਿਆਂ ਨੂੰ ਕਿਹਾ ਸੀ, ਮਹੱਲੇ ਵਾਲਿਆਂ ਨੂੰ ਵੀ ਸਾਰਿਆਂ ਨੂੰ ਸਹਿਯੋਗ ਦੇਣਾ, ਸਾਰੇ ਰਲ ਕੇ ਇੱਥੇ ਕਥਾ ਦੇ ਵਿੱਚ ਆਪਣੀ ਹਾਜ਼ਰੀ ਭਰਨੀ ਆ, ਵੱਧ ਤੋਂ ਵੱਧ ਸਹਿਯੋਗ ਦੇਣਾ ਹਾਜ਼ਰੀ ਦੇ ਵਿੱਚ। ਤੇ ਸਾਨੂੰ ਬਹੁਤ ਖੁਸ਼ੀ ਆ ਵੀ ਮਹੱਲੇ ਵਾਲਿਆਂ ਨੇ ਰਲ ਕੇ ਇੱਥੇ ਸਾਡਿਆਂ ਨੂੰ ਸਹਿਯੋਗ ਦਿੱਤਾ, ਵੱਧ ਤੋਂ ਵੱਧ ਲੰਗਰ ਦੀ ਸੇਵਾ ਕੀਤੀ, ਤੇ ਸਾਰੇ ਆ ਕੇ ਹਾਜ਼ਰੀਆਂ ਭਰ ਰਹੇ ਨੇ। ਬਹੁਤ ਮਤਲਬ ਸਾਨੂੰ ਖੁਸ਼ੀ ਦਾ ਮਾਹੌਲ ਇੱਥੇ ਹੈਗਾ। ਵਾ ਕਥਾ ਦਾ ਜਿਹੜਾ ਪ੍ਰੋਗਰਾਮ ਹੁੰਦਾ ਜਾਂ ਕੀਰਤਨ ਵੀ ਜਿਹੜਾ ਕੀਤਾ ਜਾਂਦਾ ਜੀ? ਨਹੀਂ ਜੀ, 3 ਵਜੇ ਤੋਂ ਲੈ ਕੇ ਸ਼ਾਮ ਨੂੰ 3 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਥਾ ਸ਼੍ਰੀਮਦ ਭਾਗਵਤ ਗੀਤਾ ਕਰਵਾ ਰਹੇ ਹਾਂ ਜੀ। ਇਹ ਤੇ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਹੁੰਦੀ ਹੈ ਜੀ। ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਇੱਥੇ। ਸਾਰੇ ਵਧੀਆ ਮਹੱਲੇ ਵਾਲਿਆਂ ਨੇ ਸਹਿਯੋਗ ਦਿੱਤਾ ਸਾਰਾ ਦਾ। ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇੱਥੇ ਸਾਡੇ ਰਲ ਕੇ ਸਹਿਯੋਗ ਦਿੱਤਾ ਜੀ। ਰਾਜੂ ਤਿਵਾਰੀ ਮਹੱਤਤਾ ਇਹ ਹੈਗਾ ਜੀ ਕਿ ਅੱਜ ਜਿਹੜੇ ਕਲਯੁਗ ਆਗੇ ਵਧਦਾ ਜਾ ਰਿਹਾ ਹੈ, ਕਲਯੁਗ ਕੋ ਅਗਰ ਅੱਗ ਲੱਗੀ ਹੋ ਤੋ ਅੱਗ ਕੋ ਬੁਝਾਨੇ ਕੇ ਲੀਏ ਪਾਣੀ ਕੀ ਆਵਸ਼ਕਤਾ ਹੋਤੀ ਹੈ, ਉਸੀ ਪ੍ਰਕਾਰ ਕਲਯੁਗ ਕੋ ਅਗਰ ਦਬਾਨਾ ਹੈ ਤੋ ਭਕਤੀ ਕੀ ਆਵਸ਼ਕਤਾ ਹੋਤੀ ਹੈ। ਹਰ ਨਗਰ ਨਗਰ ਮੇਂ ਸ਼੍ਰੀਮਦ ਭਾਗਵਤ ਕੀ, ਇਹ ਪਹਿਲੇ ਵੀ ਦੁਆਪਰ ਤ੍ਰੇਤਾ ਸਤਯੁਗ ਮੇਂ ਵੀ ਕਥਾ ਚਲਤੀ ਥੀ, ਸ਼ਿਵਜੀ ਵੀ ਮਾਤਾ ਪਾਰਵਤੀ ਜੀ ਕੋ ਅਮਰ ਕਥਾ ਸੁਣਾਏ ਥੇ। ਉਸੀ ਪ੍ਰਕਾਰ ਅਗਰ ਸ਼੍ਰੀਮਦ ਭਾਗਵਤ ਕੀ ਕਥਾ ਕੋਈ ਪ੍ਰਾਣੀ ਮਨੁੱਖ ਅਗਰ ਸੱਚੇ ਦਿਲ ਸੇ ਅਗਰ ਸੁਣ ਲੈਣਾ ਤੋ ਜਨਮ ਮਰਨ ਕੇ ਉਸਕੇ ਸਾਰੇ ਪਾਪ ਇੱਕ ਨੰਬਰ ਮੇਂ ਭੁੱਲ ਜਾਤੇ ਹੈ। ਦੂਸਰੇ ਨੰਬਰ ਉਸਕੇ ਆਨੇ ਵਾਲੀ ਪੀੜ੍ਹੀ ਜੋ ਹੈ ਕਭੀ ਦੁੱਖੋ ਕਭੀ ਕਸ਼ਟੋ ਸੇ ਭਰੀ ਨਹੀਂ ਰਹੇਗੀ ਉਸਕੀ ਪੀੜ੍ਹੀ ਮੇਂ। ਔਰ ਜੋ ਇਹ ਗਰੀਬੀ, ਇਹ ਜੋ ਆਨੇ ਵਾਲੀ ਰੋਗ ਵਿਆਧ ਕੇ ਜੋ ਆਨੇ ਵਾਲੀ ਅਵਧੀ ਹੈ, ਇਹ ਕਭੀ ਨਹੀਂ ਉਸ ਘਰ ਮੇਂ ਆਏਗਾ। ਇਹ ਸ਼੍ਰੀਮਦ ਭਾਗਵਤ ਕਥਾ ਆਪਕੇ ਜਨਮ ਮਰਨ ਕੇ ਸਾਰੇ ਵਿਤਾਂਤ ਕੋ ਨਿਵਾਰਨ ਕਰਤਾ ਹੈ, ਬਤਲਾਤਾ ਹੈ। ਹਾਂਜੀ 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 ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੁਦੇਵ, ਹੇ ਨਾਥ ਨਾਰਾਇਣ ਵਾਸੁਦੇਵ, ਹੇ ਨਾਥ ਨਾਰਾਇਣ ਵਾਸੁਦੇਵ, ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੁਦੇਵ। ਸ਼੍ਰੀ ਕ੍ਰਿਸ਼ਨ ਗੋਵਿੰਦ ਜੋ ਗੋਵਿੰਦ ਹੈ ਵਹੀ ਪਰਮ ਪਿਤਾ ਪਰਮੇਸ਼ਵਰ ਹੈ। ਨਾਰਾਇਣ ਜਿਨਕੋ ਹਮ ਨਾਰਾਇਣ ਕਹਤੇ ਹੈ, ਗੋਵਿੰਦ ਕਹੇ, ਕ੍ਰਿਸ਼ਨ ਕਹੇ, ਰਾਮ ਕਹੇ, ਸ਼ਾਮ ਕਹੇ, ਇਹ ਜੋ ਸ਼ਬਦ ਹੈ ਵਹੀ ਸਤ ਹੈ, ਵਹੀ ਸਤ ਹੈ। ਲੋਕ ਅੱਜ ਜੀਤੇ ਜੀ ਅੰਤ ਵੇਲੇ ਕਹਤੇ ਹੈ ਕਿ ਪੰਡਿਤ ਜੀ ਰਾਮ ਨਾਮ ਬੋਲੋ, ਗੋਵਿੰਦ ਨਾਮ ਬੋਲੋ। ਜੀਤੇ ਜੀ ਮਨੁੱਖ ਕੋ ਹਰੀ ਨਾਮ ਸ਼੍ਰੀ ਕ੍ਰਿਸ਼ਨ ਗੋਵਿੰਦ ਨਾਮ ਕਾ ਅਸਮਰਨ ਨਹੀਂ ਕਰਾ ਸਕੇ, ਮਰਨੇ ਕੇ ਬਾਅਦ ਕਰਾ ਕਰ ਕਿਆ ਫਾਇਦਾ ਮਿਲਤਾ ਹੈ। ਤੋ ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੁਦੇਵ, ਜੋ ਗੋਵਿੰਦ ਹੈ, ਜੋ ਰਾਮ ਹੈ, ਵਹੀ ਸਤ ਹੈ, ਵਹੀ ਪਰਮੇਸ਼ਵਰ ਹੈ। ਯਹੀ ਤਿਵਾੜੀ ਜੀ, ਹਮਾਰੇ ਮਾਧਿਅਮ ਸੇ ਕੁਛ ਸੰਗਤੋਂ ਕੇ ਲੀਏ ਕੁਛ ਕਹਿਣਾ ਚਾਹਤੇ ਹੋ ਭਕਤੋਂ ਕੇ ਲੀਏ? ਮੈਂ ਤੋ ਯਹੀ ਕਹੂੰਗਾ ਕਿ ਬੜੇ ਬੜੇ ਭਾਗੀ ਹੈ ਕਿ ਆਪ ਲੋਗ ਆਕਰ ਸ਼੍ਰੀਮਦ ਭਾਗਵਤ ਕੀ ਕਥਾ ਕੇ ਸਾਰੀ ਲੀਲਾਏ ਸਾਰੇ ਵੀਡੀਓਗ੍ਰਾਫਰ ਕੀਏ, ਬਹੁਤ ਬੜੀਆ ਆਪਣੇ ਚੈਨਲ ਕੋ ਆਪਣੇ ਯਹਾਂ ਲਿਆਏ। ਮੈਂ ਬਹੁਤ ਤਹ ਦਿਲ ਸੇ ਆਪ ਸਭੀ ਕਾ ਧੰਨਵਾਦ ਕਰਤਾ ਹੂੰ, ਧੰਨਵਾਦ ਕਰਤਾ ਹੂੰ, ਧੰਨਵਾਦ ਕਰਤਾ ਹੂੰ।
YouTube channel News DNN by clicking the bell icon. Don't forget to like, comment and share.